ਸਸਿਕਲ ਤੁਸੀਂ ਦੇਖ ਰਹੇ ਹੋ এবੀਪੀ ਸਾਜਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ ਸਿੰਘ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਕਈ ਸਿੱਖ ਬੁੱਧੀਜੀਵੀਆਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਗਿਆ ਇਸ ਮੀਟਿੰਗ ਦੇ ਕੀ ਮਾਇਨੇ ਨੇ ਤੇ ਇਸ ਮੀਟਿੰਗ ਦੇ ਕੀ ਨਤੀਜੇ ਜਿਹੜੇ ਨੇ ਉਹ ਨਿਕਲ ਕੇ ਆ ਸਕਦੇ ਨੇ ਕਿਉਂਕਿ ਇੱਕ ਅਹਿਮ ਮੀਟਿੰਗ ਨੂੰ ਮੀਟਿੰਗ ਇਸ ਨੂੰ ਮੰਨਿਆ ਜਾ ਰਿਹਾ ਇਸ ਬਾਬਤ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਪਰਮਜੀਤ ਸਿੰਘ ਪਰਮਜੀਤ ਜੀ ਸਾ ਤਾਂ ਪਹਿਲਾ ਸਵਾਲ ਇਹੀ ਹੈ ਕਿ ਇਸ ਮੀਟਿੰਗ ਦੀ अहमियत ਕੀ ਹੈ ਕਿਉਂਕਿ ਅਕਾਲਤਾ ਸਾਬਦੇ ਜੱਜਸਰ ਵੱਲੋਂ ਸਪੈਸ਼ਲ ਸੱਦਾ ਜਿਹੜਾ ਉਹ ਦਿੱਤਾ ਗਿਆ ਸੀ ਦੇਖੋ ਰਵਿੰਦਰ ਜੋ ਹਾਲਾਤ ਪੰਜਾਬ ਦੇ ਪਿਛਲੇ ਦਿਨੀ ਜਿਹੜਾ ਬਣੇ ਸਨ ਉਹਨਾਂ ਹਾਲਾਤਾਂ ਤੋਂ ਬਾਅਦ ਆਵਾਮ ਦੀ ਖਾਸ ਤੌਰ ਤੇ ਜਿਹੜੇ ਪੰਥਕ ਗਲਿਆਰੇ ਨੇ ਉਹਨਾਂ ਦੀ ਆਵਾਜ਼ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਕਹਿ ਲਈਏ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਸਮੂਚੀਆਂ ਜਿਹੜੀਆਂ ਪੰਥਕ ਧਰਾਂ ਨੇ ਉਹਨਾਂ ਦਾ ਇਕੱਠ ਸੱਦਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਗ੍ਰਿਫਤਾਰੀਆਂ ਹੋਈਆਂ ਨੇ ਜਾਂ ਕਾਫੀ ਕਹਿ ਲਈਏ ਕਿ ਇਸ ਦੇ ਪ੍ਰਤੀ ਜਿਹੜਾ ਰੋਸ ਉਹ ਜਥੇਬੰਦੀਆਂ ਦਾ ਸੀ ਜਿਸ ਤੋਂ ਬਾਅਦ ਬੇਸ਼ੱਕ ਥੋੜਾ ਸਮਾਂ ਜ਼ਰੂਰ ਪਾਇਆ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਅਕਾਲ ਤਖਤ ਸਾਹਿਬ ਵਿਖੇ ਪਹਿਲਾਂ ਇੱਕ ਪੰਥਕ ਇਕੱ ਕਿ ਹੈ ਪੰਥ ਕਿ ਕੱਟ ਜਾ ਰਿਹਾ ਸੀ ਕਿ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਉਹ ਪਹੁੰਚਣਗੀਆਂ ਪਰ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਜਿਹੜਾ ਬਿਆਨ ਆਉਂਦਾ ਹੈ ਕਿ 60 ਤੋਂ 70 ਦੇ ਕਰੀਬ ਜਿਹੜੇ ਸਿੱਖ ਬੁੱਧੀਜੀਵੀ ਜਿਹੜੇ ਵਕੀਲ ਸਿੱਖ ਪੱਤਰਕਾਰ ਇਸ ਤੋਂ ਇਲਾਵਾ ਜਿਹੜੀਆਂ ਸਿੱਖ ਸ਼ਕਤੀਤਾ ਭਵੇਂ ਉਹ ਨਿਹੰਗ ਸਿੰਘ ਜਥੇਬੰਦੀਆਂ ਹੋਣ ਸੰਪਰਦਾਵਾਂ ਹੋਣ ਉਹਨਾਂ ਦੇ ਜਿਹੜੇ 49ਵੇਂ ਮੁਖੀ ਨੇ 60 ਤੋਂ 70 ਦੇ ਕਰੀਬ ਉਹਨਾਂ ਦੀ ਜਿਹੜੀ ਮੀਟਿੰਗ ਜਿਹੜੀ ਹੈ ਉਹ ਇਕੱਠ ਦੇ ਰੂਪ ਦੇ ਵਿੱਚ ਸੱਦੀ ਜਾਵੇਗੀ ਉਹਨਾਂ ਤੋਂ ਸੁਝਾਅ ਲਏ ਜਾਣਗੇ ਤੇ ਜਿਸ ਤੋਂ ਬਾਅਦ ਖੋਦ ਜਿਹੜਾ ਇਸ ਤੇ ਜਿਹੜੀ ਸਾਰੀ ਮੀਟਿੰਗ ਤੇ ਵਿਚਾਰ ਚਰਚਾ ਕਰਕੇ ਕੌਮ ਦੇ ਨਾਮ ਤੇ ਜੋ ਵੀ ਉਹਨਾਂ ਦੀ ਇਸ ਤੇ ਪ੍ਰਤੀ ਜਿਹੜੇ ਵਿਚਾਰ ਉਹ ਬਣਦੇ ਨੇ ਉਹ ਸਾਂਝੇ ਕੀਤੇ ਜਾਣਗੇ ਸੋ ਮੀਟਿੰਗ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਜਿਹੜਾ ਉਹ ਪਹੁੰਚ ਰਹੇ ਨੇ ਤੇ ਕਰੀਬ 2 ਵਜੇ ਦਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਇਸ ਮੀਟਿੰਗ ਤੋਂ ਬਾਅਦ ਗਿਆਨੀ ਹਰਪੀ ਸਿੰਘ ਜਿਹੜੇ ਨੇ ਉਹ ਇਸ ਮੀਟਿੰਗ ਦੇ ਸਾਰੇ ਵਿਚਾਰ ਇਕੱਤਰ ਜਿਹੜੇ ਕਰਨ ਤੋਂ ਬਾਅਦ ਕੌਮ ਦੇ ਨਾਮ ਜਿਹੜਾ ਉਹ ਸੰਦੇਸ਼ ਜਾਰੀ ਕਰਨਗੇ ਤੇ ਇਸ ਮੀਟਿੰਗ ਨੂੰ ਖਾਸ ਇਸ ਲਈ ਵੀ ਅਸੀਂ ਕਹਿ ਸਕਦੇ ਹਾਂ ਮੰਨਿਆ ਜਾ ਸਕਦਾ ਹੈ ਕਿਉਂਕਿ ਬਾਕੀ ਮੀਟਿੰਗਾਂ ਦੀ ਤਦਾਂ ਕਿਉਂਕਿ ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਹਾਲਾਤ ਬਣੇ ਸਨ ਉਸ ਤੋਂ ਬਾਅਦ ਅੱਜ ਸਿੱਖਾਂ ਦੀ ਸਰਵੋੱਚ ਜਿਹੜੀ ਸੰਸਥਾ ਹੈ ਅਦਾਲਤ ਹੈ ਉਸ ਤੋਂ ਜਿਹੜਾ ਵੀ ਫੈਸਲਾ ਆਉਂਦਾ ਹੈ ਉਸ ਨੂੰ ਸੇ ਕੌਮ ਖਿੜੇ ਮੱਥੇ ਜਿਹੜਾ ਉਹ ਪ੍ਰਵਾਨ ਜਿਹੜਾ ਉਹ ਮੰਨਦੀ ਹੈ ਸੋ ਨਜ਼ਰਾਂ ਜਿਹੜੀਆਂ ਨੇ ਇਸ ਮੀਟਿੰਗ ਤੇ ਖਾਸ ਤੌਰ ਤੇ ਇਸ ਫੈਸਲੇ ਤੇ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਕੀ ਜਿਹੜਾ ਸੰਦੇਸ਼ ਹੈ ਉਹ ਕੌਮ ਦੇ ਨਾਮ ਦਿੰਦੇ ਨੇ ਅਮਿਤਪਾਲ ਦਾ ਮੁੱਦਾ ਪੰਜਾਬ ਦੇ ਵਿੱਚ ਬਹੁਤ ਇਸ ਸਮੇਂ ਚਰਚਾ ਦੇ ਵਿੱਚ ਅਮਿਤਪਾਲ ਕਈ ਦਿਨਾਂ ਤੋਂ ਫਰਾਰ ਨੇ ਪੁਲਿਸ ਦੇ ਵੱਲੋਂ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ਾਂ ਲਗਾਤਾਰ ਜਾਰੀਆਂ ਨੇ ਕਈ ਦਿਨ ਹੋ ਚੁੱਕੇ ਨੇ ਅਮਿਤਪਾਲ ਦੇ ਮੁੱਦੇ ਨੂੰ ਲੈ ਕੇ ਹੀ ਬਹੁਤ ਸਨੈਰੀਓ ਜਿਹੜਾ ਪੰਜਾਬ ਦੇ ਵਿੱਚ ਬਦਲਿਆ ਹੈ ਸ਼ਾਇਦ ਉਸ ਨੂੰ ਲੈ ਕੇ ਇਹ ਮੀਟਿੰਗ ਜਿਹੜੀ ਬੁਲਾਈ ਗਈ ਹੈ ਕਿ ਅਮਿਤਪਾਲ ਦੇ ਮੁੱਦੇ ਤੇ ਕੋਈ ਫੈਸਲਾ ਇਸ ਮੀਟਿੰਗ ਦੇ ਵਿੱਚ ਲਿਆ ਜਾ ਸਕਦਾ ਹੈ ਦੇਖਿਏ ਜੇ ਸਿੱਧੇ ਤੌਰ ਤੇ ਵੇਖਿਆ ਜਾਵੇ ਤਾਂ ਮੁੱਖ ਮੁੱਦਾ ਹੀ ਜਿਹੜਾ ਉਹ ਅਮਿਤਪਾਲ ਸਿੰਘ ਦੇ ਨਾਲ ਜੋੜ ਕੇ ਇਸ ਮੀਟਿੰਗ ਨੂੰ ਕਿਉਂਕਿ ਪਹਿਲਾਂ ਵੀ ਇਹ ਜੇਕਰ ਦੇਖਿਆ ਜਾਵੇ ਕਾਗਜ਼ੀ ਤੌਰ ਤੇ ਤਾਂ ਕਹਿ ਸਕਦੇ ਆਂ ਕਿ ਅਕਾਲ ਤਖਸਾਲ ਵਿਖੇ ਇਹ ਦੂਸਰੀ ਜਿਹੜੀ ਮੀਟਿੰਗ ਹੈ ਪਹਿਲੀ ਮੀਟਿੰਗ ਜਦੋਂ ਅਜਨਾਲੇ ਵਿਖੇ ਜਿਹੜੀ ਘਟਨਾਕ੍ਰਮ ਵਾਪਰਿਆ ਬਿਸ਼ੱਕ ਉਸ ਤੋਂ ਬਾਅਦ ਜਥੇਦਾਰ ਦਾ ਜਿਹੜਾ ਬਿਆਨ ਗਿਆਨੀ ਹਰਪੀ ਸਿੰਘ ਦਾ ਆਉਂਦਾ ਹੈ ਕਿ ਪੁਰਾਤਨ ਜਿਹੜੀਆਂ ਰਵਾਇਤਾਂ ਨੇ ਉਹਨਾਂ ਦੀ ਸੇਧ ਜਿਹੜੀ ਆ ਉਹ ਕੌਮ ਨੂੰ ਲੈਣੀ ਚਾਹੀਦੀ ਹੈ ਪਰ ਬਾਅਦ ਦੇ ਵਿੱਚ 16 ਮੈਂਬਰੀ ਕਮੇਟੀ ਜਿਹੜੀ ਹੈ ਉਸ ਦਾ ਗਠਨ ਕੀਤਾ ਜਾਂਦਾ ਹੈ ਨੰਦਪੁਰ ਸਾਹਿਬ ਵਿਖੇ ਹੋਲੇ ਮੱਲੇ ਦੇ ਪਹਿਲੇ ਦਿਨ ਉਸ ਜੁੜੀ ਕਮੇਟੀ ਹੈ ਉਸ ਦੀ ਮੀਟਿੰਗ ਹੁੰਦੀ ਹੈ ਤੇ ਉਹ ਬੰਦ ਜਿਹੜੀ ਰਿਪੋਰਟ ਹੈ ਉਹ ਕੋਆਰਡੀਨੇਟਰ ਜਿਹੜੀ ਆ ਉਹ ਸੌਂਪ ਦਿੰਦੇ ਨੇ ਹਾਲਾਂਕਿ ਉਸ ਦਾ ਹਲੇ ਤੱਕ ਕੋਈ ਨਤੀਜਾ ਨਹੀਂ ਆਇਆ ਪਰ ਬਾਅਦ ਦੇ ਵਿੱਚ ਇਹ ਜੋ ਘਟਨਾਕਰਮ ਵਾਪਰਦਾ ਹੈ ਜੋ ਹਾਲਾਤ ਬਣੇ ਸਨ ਆਪਰੇਸ਼ਨ ਅਮਰਤਪਾਲ ਨੂੰ ਲੈ ਕੇ ਉਸ ਤੋਂ ਬਾਅਦ ਕਹਿ ਲਿਆ ਜਾਵੇ ਕਿ ਇਹ ਮੀਟਿੰਗ ਦਾ ਜਿਹੜਾ ਏਜੰਡਾ ਏ ਜਾਂ ਇਸ ਮੀਟਿੰਗ ਦੇ ਵਿੱਚ ਕਿਉਂਕਿ ਗਿਆਨੀ ਹਰਪੀ ਸਿੰਘ ਖੁਦ ਜਿਹੜਾ ਬਿਆਨ ਦੇ ਚੁੱਕੇ ਸਨ ਹਨ ਕਿ ਜਿਹੜਾ ਅਮਰਤਪਾਲ ਹੈ ਜੇਕਰ ਪੁਲਿਸ ਦੀ ਕਸਟਡੀ ਚ ਹੈ ਤਾਂ ਪੁਲਿਸ ਨੂੰ ਦੱਸਣਾ ਚਾਹੀਦਾ ਜੇਕਰ ਉਹ ਫਰਾਰ ਹੈ ਤਾਂ ਆਤਮ ਸਮਰਪਣ ਜਿਹੜਾ ਉਸ ਨੂੰ ਕਰਨਾ ਚਾਹੀਦਾ ਹੈ ਸੋ ਤਮਾਮ ਮੁੱਦਿਆਂ ਨੂੰ ਲੈ ਕੇ ਖਾਸ ਤੌਰ ਤੇ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਸ ਮੁੱਦੇ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵਿਚਾਰ ਹੈ ਉਹ ਰੱਖਿਆ ਜਾਵੇਗਾ ਖਾਸ ਤੌਰ ਤੇ ਸਰਕਾਰ ਨੂੰ ਜਿਹੜਾ ਖਾਸ ਤੌਰ ਤੇ ਜਿਹੜਾ ਮੈਂ ਕਹਿ ਸਕਦਾ ਕਿ ਕਰੜੇ ਹੱਥੀ ਇਸ ਮੀਟਿੰਗ ਦੇ ਵਿੱਚ ਲੈਣ ਦੀ ਜਿਹੜੀ ਸਾਨੂੰ ਸੂਚਨਾ ਜਿਹੜੀ ਹੈ ਉਹ ਮਿਲ ਰਹੀ ਹੈ ਕਿ ਸਰਕਾਰ ਦੇ ਪ੍ਰਤੀ ਕਾਫੀ ਜਿਹੜੇ ਵਿਚਾਰ ਨੇ ਇਸ ਮੀਟਿੰਗ ਦੇ ਵਿੱਚ ਹੋਣਗੇ ਅਮਿਤਪਾਲ ਦੇ ਮੁੱਦੇ ਤੇ ਜਿਹੜੀ ਕਮੇਟੀ ਬਣੀ ਸੀਗੀ ਕਮੇਟੀ ਨੇ ਹਾਲਾਂਕਿ ਰੀਪੋਰਟ ਵੀ ਜੱਜਰ ਸਾਹਿਬ ਨੂੰ ਸੌਂਪ ਦਿੱਤੀ ਹੈ ਪਰ ਉਸਤੇ ਕੋਈ ਜੱਜਰ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਕਿ ਲੱਗਦਾ ਨਹੀਂ ਕਿ ਉਸ ਤੇ ਪ੍ਰਤੀਕਿਰਿਆ ਦੇਣ ਦੇ ਵਿੱਚ ਵੀ ਜੱਜਰ ਸਾਹਿਬ ਦੇ ਵੱਲੋਂ ਕੋਈ ਦੇਰੀ ਕੀਤੀ ਗਈ ਹੈ ਨਹੀਂ ਇਸ ਦੇ ਵਿੱਚ ਹਰਪਿੰਦਰ ਇਸ ਤਰ੍ਹਾਂ ਹੁੰਦਾ ਹੈ ਇਸ ਤੇ ਜਿਹੜੀ ਰਿਪੋਰਟ ਹੈ ਇਸ ਦੇ ਵਿੱਚ ਕੱਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਇਨਵੋਲਵਮੈਂਟ ਨਹੀਂ ਹੁੰਦੀ ਜਦੋਂ ਤੱਕ ਪੰਜ ਸਿੰਘ ਸਹਿਬਾਨ ਦੀ ਜਿਹੜੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਵਿਚਾਰ ਕਰਕੇ ਜਿਹੜਾ ਕੌਮ ਦੇ ਨਾਮ ਜਿਹੜਾ ਸੰਦੇਸ਼ ਹੈ ਜਾਂ ਜੋ ਅੰਤਮ ਜਿਹੜਾ ਫੈਸਲਾ ਹੁੰਦਾ ਹੈ ਉਹ ਉਸ ਵਸੀਲ ਤੋਂ ਜਿਹੜਾ ਜਿਹੜੀ ਅਕਾਲ ਤਖਤ ਸਾਹਿਬ ਦੀ ਵਸੀਲ ਹੈ ਉਸ ਤੋਂ ਜਾਰੀ ਕੀਤਾ ਜਾਂ ਕਰਦੀ ਹੈ ਸੋ ਹੋਲੇ ਮੁਹੱਲੇ ਤੋਂ ਬਾਅਦ ਜਿਸ ਤਰ੍ਹਾਂ ਦਾ ਇਹ ਘਟਨਾਕਰਮ ਵਾਪਰਿਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਕਰੀਬ ਜਿਹੜਾ 15 ਕੁ ਦਿਨ ਦਾ ਜਿਹੜਾ ਸਮਾਂ ਉਹ ਬਣ ਚੁੱਕਿਆ ਹੈ ਪਰ ਹਲੇ ਤੱਕ ਐਸੀ ਕੋਈ ਮੀਟਿੰਗ ਜਿਹੜੀ ਹੈ ਨਾ ਤਾਂ ਉੱਥੇ ਮੀਟਿੰਗ ਹੋਈ ਕਿਉਂਕਿ ਵਿੱਚ ਹੀ ਅਕਾਲੀ ਫੂਲਾ ਸਿੰਘ ਜੀ ਦੀ ਸ਼ਤਾਬ ਦੀ ਆ ਗਈ ਸੋ ਐਸੇ ਕਈ ਪ੍ਰੋਗਰਾਮ ਆਏ ਜਿਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਮੀਟਿੰਗ ਨਹੀਂ ਹੋਈ ਜਦੋਂ ਵੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਹ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜਿਹੜਾ ਜਿਹੜੀ ਬੰਦ ਰਿਪੋਰਟ ਹੈ ਉਸ ਦਾ ਜ਼ਿਕਰ ਜਾਂ ਉਸ ਤੇ ਜਿਹੜਾ ਅੰਤਮ ਫੈਸਲਾ ਹੈ ਉਹ ਕੌਮ ਦੇ ਨਾਮ ਸੰਗਤਾਂ ਦੇ ਨਾਲ ਕੀਤਾ ਗਿਆ ਰਿਪੋਰਟ ਆਉਣ ਤੋਂ ਪਹਿਲਾਂ ਅਮਰਤਪਾਲ ਦੀ ਜੱਜਦ ਸਾਹਿਬ ਨਾਲ ਮੀਟਿੰਗ ਵੀ ਹੋਈ ਸੀਗੀ ਟਾਈਲ ਜਾਈ ਨਹੀਂ ਸੀ ਉਸ ਤੋਂ ਪਹਿਲੇ ਜੱਜਦਾਰ ਸਾਹਿਬ ਨਾਲ ਅਮਰਿਤਪਾਲ ਨੇ ਮੀਟਿੰਗ ਵੀ ਕੀਤੀ ਸੀ ਕਿ ਮੀਟਿੰਗ ਦੇ ਵਿੱਚ ਕੀ ਸੰਭਾਵਨਾਵਾਂ ਸੀ ਕਿ ਉਹਨਾਂ ਦੇ ਵੱਲੋਂ ਜਿਹੜੀ ਰਿਪੋਰਟ ਤੋਂ ਪਹਿਲਾਂ ਹੀ ਚਰਚਾਵਾਂ ਕੀਤੀਆਂ ਗਈਆਂ ਇਸ ਬਾਬਤ ਸਾਡੀ ਵੀ ਜਥੇਦਾਰ ਗਿਆਨੀ ਹਰਪੀ ਸਿੰਘ ਹੋਣਾ ਨਾਲ ਗੱਲ ਹੋਈ ਇੱਕ ਅਕਾਲ ਤਖਸ ਜਿਹੜੇ ਸਕੱਤਰੇ ਤੇ ਉੱਥੇ ਗੱਲ ਹੋਈ ਸੀ ਉਹਨਾਂ ਦਾ ਮੰਨਣਾ ਹੈ ਕਿਉਂਕਿ ਪਰਸੋਂ ਆਈਜੀ ਜਸਕਰਨ ਸਿੰਘ ਵੀ ਜਿਹੜਾ ਉਹ ਮਿਲ ਕੇ ਆਏ ਨੇ ਇਸ ਤੋਂ ਪਹਿਲਾਂ ਅਮਰਿਤਪਾਲ ਬੇਸ਼ੱਕ 2 2.5 ਘੰਟੇ ਮਿਲ ਕੇ ਆਏ ਨੇ ਪਰ ਉਹਨਾਂ ਦਾ ਕੇਵਲ ਇੰਨਾ ਹੀ ਕਹਿਣਾ ਹੈ ਕਿ ਉਹ ਤੱਕ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ ਤੇ ਉਹਨਾਂ ਨੂੰ ਪਤਾ ਲੱਗਿਆ ਜਥੇਦਾਰ ਇੱਥੇ ਨਹੀਂ ਤੇ ਉਹਨਾਂ ਦੇ ਨਾਲ ਉਹ ਜਸਟ ਜਿਹੜਾ ਉਹਨਾਂ ਦੀ ਇੱਕ ਨਾਰਮਲ ਮਿਲਣੀ ਸੀ ਹਾਲਾਂਕਿ ਅਕਾਲ ਤਖਤ ਸਾਹਿਬ ਨੇ ਇਸ ਨੂੰ ਨਕਾਰਿਆ ਪਰ 2 ਤੋਂ 2.5 ਘੰਟੇ ਦੀ ਜਿਹੜੀ ਮੀਟਿੰਗ ਹੈ ਉਹ ਪੰਥਕ ਗਲਿਆਰਿਆਂ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ 6 ਪਾਵਨ ਦੇ ਵਿੱਚ ਜਿਹੜਾ ਵੱਡਾ ਸਵਾਲ ਹੈ ਉਹ ਪੈਦਾ ਕਰ ਲਿਆ ਨਾ ਕਿ 2 ਤੋਂ 2.5 ਘੰਟੇ ਮੀਟਿੰਗ ਹੋਈ ਹੋਵੇ ਤਾਂ ਇਹ ਨਹੀਂ ਕੋਈ ਆਮ ਗੱਲ ਹੋਈ ਹੋਵੇ ਐਡਾ ਵੱਡਾ ਮਸਲਾ ਚੱਲ ਰਿਹਾ ਸੀਗਾ ਰਿਪੋਰਟ ਦੇਣੀ ਸੀਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਸ ਤੋਂ ਪ ਕਹ ਰਹੇ ਆ ਕਿ ਇਸ ਦੇ ਪ੍ਰਤੀ ਜਦੋਂ ਗਿਆਨੀ ਹਰਪੀ ਸਿੰਘ ਹੋਰਾਂ ਨਾਲ ਗੱਲ ਕੀਤੀ ਗਈ ਕਾਲ ਤੱਕ ਸਭ ਸਕਤਰੇ ਤੇ ਉਹ ਇਹਨਾਂ ਉਹਨਾਂ ਨੇ ਇਸ ਨੂੰ ਜਿਹੜਾ ਇਨਕਾਰਿਆ ਤੇ ਅਮਰਿਤਪਾਲ ਸਿੰਘ ਜਦੋਂ ਮੀਟਿੰਗ ਤੋਂ ਬਾਅਦ ਆਏ ਬੀਪੀ ਸਾਂਝਾ ਨੇ ਉਦੋਂ ਵੀ ਗੱਲਬਾਤ ਉਹਨਾਂ ਨਾਲ ਕੀਤੀ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਆਮ ਮਿਲਣੀ ਹੈ ਇਸ ਦੇ ਵਿੱਚ ਕੋਈ ਵੀ ਹੋਰ ਜਿਹੜੀ ਵਿਚਾਰ ਚਰਚਾ ਕਿਸੇ ਵੀ ਤਰ੍ਹਾਂ ਦੀ ਕੀਤੀ ਨਹੀਂ ਗਈ ਕੇਵਲ ਪੰਥਕ ਜਿਹੜੀਆਂ ਗੱਲਾਂ ਬਾਤਾਂ ਨੇ ਜਾਂ ਜਿਹੜਾ ਨਾਰਮਲ ਗੱਲਾਂ ਬਾਤਾਂ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਅੱਜ ਜਿਹੜੀ ਮੀਟਿੰਗ ਹੁਣ ਹੋ ਰਹੀ ਹੈ ਕਿ ਲੱਗਦਾ ਕਿ ਪੰਜਾਬ ਸਰਕਾਰ ਦੀ ਨਜ਼ਰਾਂ ਵੀ ਇਸ ਮੀਟਿੰਗ ਤੇ ਰਹਿਣਗੀਆਂ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਹਰਪ੍ਰੀਤ ਸਿੰਘ ਸੰਦੇਸ਼ ਦੰਦੇ ਨੇ ਕਿਉਂਕਿ ਇਹ ਸੰਦੇਸ਼ ਸਾਰੀ ਸਿੱਖ ਕੌਮ ਮੰਨਦੀ ਹੈ ਤੇ ਉਸ ਨੂੰ ਲਾਗੂ ਵੀ ਕਰਵਾਉਗਾ ਬਿਲਕੁਲ ਹੋਈਆਂ ਨੇ ਉਥੇ ਰਪਿੰਦਰ ਮੈਂ ਖਾਸ ਤੌਰ ਤੇ ਕਹਿ ਸਕਦਾ ਹਾਂ ਕਿ ਪੰਜਾਬ ਸਰਕਾਰ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਵਿਸ਼ੇਸ਼ ਤੌਰ ਤੇ ਬਣੀਆਂ ਹੋਈਆਂ ਨੇ ਕੋਡ ਆਈਡੀ ਡਿਸਕਰਨਸਿੰਗ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜਾ ਨੇ ਉੱਥੇ ਗਿਆਨੀ ਹਰਪੀ ਸਿੰਘ ਕੋਲ ਪਹੁੰਚੇ ਤੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਸਿਵਲ ਦੇ ਵਿੱਚ ਵੀ ਜਿਹੜੀ ਫੋਰਸ ਹੈ ਉੱਥੇ ਤਾਇਨਾਤ ਕੀਤੀ ਜਾ ਰਹੀ ਹੈ ਹਰ ਹਰ ਮਿੰਟ ਦੀ ਜਿਹੜੀ ਹੈ ਰਿਪੋਰਟ ਹੈ ਉਹ ਦਿੱਤੀ ਜਾ ਰਹੀ ਹੈ ਕਿਉਂਕਿ ਕਾਰਨ ਏਵਲ ਇੱਕੋ ਹੀ ਹੈ ਪਿਛਲੇ ਸਮੇਂ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਸ ਘਟਨਾਕ੍ਰਮ ਨੂੰ ਲੈ ਕੇ ਸਰਕਾਰ ਵੀ ਕਿਤੇ ਨਾ ਕਿਤੇ ਚਿੰਤਤ ਹੈ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਫੈਸਲਾ ਜਿਹੜਾ ਉਹ ਜਿਹਹਾ ਜਿਹੜਾ ਨਾਮ ਹੈ ਜਿਸ ਤੋਂ ਬਾਅਦ ਜਿਹੜੀਆਂ 13 ਇੱਕਾਸਤ ਤੇ ਗਰਮ ਖਾ ਲਈ ਜਿਹੜੇ ਦਾਲ ਨੇ ਕਿਉਂਕਿ ਅੱਜ ਬੇਸ਼ੱਕ ਮੀਟਿੰਗ 94 ਜਿਹੜੇ ਸੰਪਰਦਾਇਕ ਦਲ ਨੇ ਉਹਨਾਂ ਦੀ 60 ਤੋਂ 70 ਦੇ ਕਰੀਬ ਹੋ ਰਹੀ ਹੈ ਪਰ ਬਾਦ ਸੰਗਤ ਦਾ ਜਿਹੜਾ ਜਮਾਵੜਾ ਇਕੱਠ ਹੈ ਉਹ ਬਹੁਤ ਵੱਡੀ ਪੱਧਰ ਤੇ ਹੋਇਆ ਹੈ ਤੇ ਬਾਰ ਬਾਰ ਇਹ ਗੱਲ ਮੰਗ ਰੱਖੀ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਅੰਦਰ ਜਾਣ ਦਿੱਤਾ ਜਾਵੇ ਉਹ ਵੀ ਆਪਣੀ ਗੱਲ ਜਿਹੜੀ ਹੈ ਉਹ ਰੱਖਣੀ ਚਾਹੁੰਦੇ ਹਨ ਪ੍ਰਸਾਫਤ ਤੌਰ ਤੇ ਗਿਆਨੀ ਹਰਪੀ ਸਿੰਘ ਸਪਸ਼ਟ ਕਰ ਚੁੱਕੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਰਾਜਨੀਤਿਕ ਆਗੂ ਤੇ ਖਾਸ ਤੌਰ ਤੇ ਜਿਹੜੇ ਇਹਨਾਂ ਸੰਪਰਦਾਵਾਂ ਤੋਂ ਜਿਹੜੇ ਬਾਹਰ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਜਿਹੜਾ ਨਹੀਂ ਜਾਂ ਕਹਿ ਲਈਏ ਕਿ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਨਹੀਂ ਲੈ ਜਾਣਗੇ ਕੇਵਲ 94 ਜਿਹੜੇ ਸੰਪਰਦਾਵਾਂ ਨੇ ਉਹਨਾਂ ਦੇ ਵਿਚਾਰ ਜ ਲੇ ਜਾਣਗੇ ਸੋ ਕਹਿਣ ਤੋਂ ਭਾਵ ਕਿ ਜਿਹੜੇ ਪੰਜਾਬ ਸਰਕਾਰ ਖਾਸ ਤੌਰ ਤੇ ਉਸ ਦੇ ਜਿਹੜੇ ਆਗੂ ਨੇ ਉਹ ਵੀ ਉੱਥੇ ਪਹੁੰਚੇ ਹੋਏ ਨੇ ਤੇ ਨਜ਼ਰ ਜਿਹੜੀ ਆ ਇਸ ਮੀਟਿੰਗ ਤੇ ਬਣੀ ਹੋਈ ਹੈ ਬਿਲਕੁਲ ਇਸ ਨਜ਼ਰ ਜਿਹੜੀ ਮੀਟਿੰਗ ਤੇ ਸਾਡੀ ਵੀ ਬਣੀ ਰਹੇਗੀ ਕਿ ਕੀ ਫੈਸਲਾ ਜਦ ਅ ਜਿਹੜੇ ਅਕਾਲਤਾ ਸਾਹਿਬ ਦੇ ਵੱਲੋਂ ਲਿਆ ਜਾਂਦਾ ਕੀ ਸੰਦੇਸ਼ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਤੇ ਇਸ ਖਬਰ ਦੀ ਪਲ-ਪਲ ਅਪਡੇਟ ਤੁਹਾਨੂੰ ਅਸੀਂ এবੀਪੀ ਸੰਜਾ ਤੇ ਜਿੰਦਾ ਰਹਿਾਂਗੇ ਫਿਲਹਾਲ ਸਮਾਂ ਹੋ ਗਿਆ ਇਹ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਤੇ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ এবੀਪੀ ਸੰਜਾ ਦੇ ਨਾਲ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ